ਸੰਤਾਂ ਸਾਹਿਬ ਮਾਤਾ ਗੁਰੂ ਰਾਮਦਾਸ ਜੀ ਦਾ ਗੁਰੂ ਮਨਾਉਂਦੀ ਹੋਈ ਗੁਰਦਰਬਾਰ ਦੁਰਗੱਠੀ ਕਰ ਰਹੀ ਸਾਧ ਸੰਗਤ ਮਨ ਮਿੱਟੀ ਕਰ ਦਿੱਤੇ ਗਏ ਧੰਨ ਧੰਨ ਸਮਾਨ ਦਾ ਦਿਲ ਸੇਵਾ ਉਹਦੇ ਦਰ 'ਤੇ ਹਾਥੀ ਲਾਉਣ ਲਈ ਬੜੇ ਦੂਰੋਂ ਚੱਲ ਗਿਆ ਇਸ ਵਾਰ ਇੱਕ ਉਹ 40 ਸਾਲ ਪਹਿਲਾਂ ਮੈਂ ਟੀਚਰ ਬਣ ਕੇ ਇੰਪਲਾਇਮੈਂਟ ਬਣ ਚੁੱਕੀ ਉਸ ਵਿੱਚ ਪੜ੍ਹਾਉਣ ਲਈ ਗਈ ਸੀ 20 ਸਾਲ ਉੱਥੋਂ ਦੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਇਆ ਅੰਗਰੇਜ਼ੀ ਬੱਚਿਆਂ ਨੂੰ ਆਪਣੇ ਬੱਚੇ ਵੀ ਉਹਨਾਂ ਸਕੂਲਾਂ 'ਚ ਜਾਂਦੇ ਨੇ ਸਾਡੇ ਬੱਚਿਆਂ ਦੀ ਜ਼ੁਬਾਨ ਬਹੁਤੀ ਕਰਕੇ ਉਦੋਂ ਅੱਜ ਤੋਂ 20 ਸਾਲ ਅੰਗਰੇਜ਼ੀ ਹੋ ਚੁੱਕੀ ਕਿਉਂਕਿ ਜਿਹੜੇ ਬੱਚੇ ਉੱਥੇ ਜਾਊਗਾ ਜਿਸ ਸਕੂਲ ਵਿੱਚ ਵੀ ਤੁਸੀਂ ਜਾਵਾਂਗੇ ਪਤਾ ਕਿ ਉੱਥੋਂ ਦੀ ਭਾਸ਼ਾ ਤੁਹਾਡੀ ਪਹਿਲੀ ਭਾਸ਼ਾ ਬਣ ਜਾਂਦੀ ਜਦੋਂ ਮੈਂ ਮਹਿਸੂਸ ਕੀਤਾ ਵੀ ਜਿੱਥੇ 20 ਸਾਲ ਪਹਿਲਾਂ ਇੱਕ ਗੁਰਦੁਆਰੇ 'ਚ ਜਦੋਂ ਬੱਚੇ ਜਾਂਦੇ ਆ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਬਹੁਤ ਹੋ ਕੇ ਬੈਠੇ ਰਹਿੰਦੇ ਆ ਜਾਂ ਬਾਹਰ ਚਲੇ ਜਾਂਦੇ ਬੰਦੇ ਵਿੱਚ ਗੱਲਾਂ ਕਰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਸ ਤੱਕ ਕਿ ਸਿੱਖਿਆ ਕੀ ਮਿਲਦੀ ਹੈ ਬਾਣੀ ਕੀ ਮਿਲਦੀ ਆਮ ਕਰਕੇ ਸਾਨੂੰ ਬਹੁਤੇ ਉਸ ਬਾਣੀ ਦੇਖਣ ਨੂੰ ਨਹੀਂ ਮਿਲਦੀ ਅਤੇ ਅਸੀਂ ਬਾਣੀ ਸੁਣ ਸੁਣ ਕੇ ਹੀ ਯਾਦ ਕਰਦੇ ਹਾਂ ਇਸੇ ਕਰਕੇ ਅਸੀਂ ਬਹੁਤ ਗਲਤੀਆਂ ਕਰ ਦਿੰਦੇ ਹਾਂ ਜਿਵੇਂ ਤੂੰ ਠੱਕ ਤੂੰ ਪੈਦਾ ਉਹਦੀ ਬਹੁਤੀ ਤੂੰ ਠੱਕ ਤੂੰ ਪੈਦਾ ਦੀ ਬੜੀ ਹੁੰਦੀ ਤੂੰ ਵੀ ਯਾਦ ਕਰ ਤੂੰ ਵੀ ਜਾਣੀ ਹੋ ਤੂੰ ਵੀ ਜਾਣੀ ਲਈ ਕੇ ਤੂੰ ਸਹੀ ਜਾਂਦੀ ਜਿੱਥੇ ਤੇ ਲੱਗਦਾ ਤੂੰ ਤੇ ਹੋਏ ਤੋਂ ਅੱਗੇ ਉੱਥੇ ਤੇ ਹੀ ਲੱਗਦਾ ਕਿਉਂਕਿ ਅਸੀਂ ਉਹ ਸ਼ਬਦ ਕਦੀ ਪੜ੍ਹਿਆ ਨਹੀਂ ਗੁਰਬਾਣੀ ਪੜ੍ਹ ਕੇ ਜਾਣ ਕੇ ਨਹੀਂ ਕੀਤੀ ਜਿੱਦਾਂ ਹੁਣੀ ਲੜਕੀਆਂ ਕੋਲੋਂ ਰਾਗੀਆਂ ਕੋਲੋਂ ਉੱਧਰ ਹੀ ਅਸੀਂ ਪੜ੍ਹੀਆਂ ਪਰ ਕਈ ਵਾਰੀ ਸਾਨੂੰ ਹੁੰਦਾ ਗਲਤ ਹੈ ਕਿ ਅਸੀਂ ਉਹ ਕੁਛ ਠੀਕ ਬੋਲਦੇ ਤਾਂ ਕੀਤੀ ਸੁਣਨ ਦੇ ਵਿੱਚ ਗਲਤ ਪੈ ਜਾਂਦਾ ਮੈਂ ਇੱਕ ਗੱਲ ਨੂੰ ਮਹਿਸੂਸ ਕੀਤਾ ਕਿ ਸਾਡੇ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਗੁਰਦੁਆਰੇ ਕੀ ਬੋਲਿਆ ਸਾਰਾ ਗੁਰਦੁਆਰੇ ਦਾ ਬਹੁਤ ਪੰਜਾਬੀ ਸੁਣਦਾ ਬੱਚੇ ਮੇਰੇ ਵਿੱਚ ਉਹਨਾਂ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਮੈਂ ਟੀਚਰ ਤੋਂ ਟੀਚਰ ਬਣੀ ਉਹ ਕਾਮੇ ਦੇ ਵਿੱਚ ਮੈਂ ਪਹਿਲੀ ਕਿਤਾਬ ਲਿਖੀ ਦੁਪਾਸ਼ੀ ਅਮਰ ਕੀਰਤਨ ਅਮਰ ਕੀਰਤਨ ਆਪਣੇ ਆਮ ਕੀਰਤਨ ਕਰਨ ਵਾਲੇ ਦੇ ਬਹੁਤ ਪਿਆਰ ਹੁੰਦਾ ਜੇ ਲੱਗਦਾ ਕਿ ਨਹੀਂ ਸ਼ਬਦ ਪੜ੍ਹਦੇ ਨਹੀਂ ਸਕਦੇ ਤੁਹਾਨੂੰ ਰੋਕ ਨਹੀਂ ਮਿਲਦਾ ਮੈਂ ਇੱਕ ਕਿਤਾਬ ਬਣਾਈ ਕ੍ਰਿਸਚੈਨਿਟੀ ਤੋਂ ਇਹ ਸਿੱਖਿਆ ਲੱਗੀ ਉਹਨਾਂ ਦੇ ਚਰਚਾਂ ਤੁਸੀਂ ਜਾਓ ਉਹਨਾਂ ਦੀਆਂ ਯੂਨਿਟਸ ਪਈਆਂ ਨੇ ਅਤੇ ਨੰਬਰ ਲੱਗੇ ਹੋਏ ਨੇ ਜਦੋਂ ਤੁਸੀਂ ਬਾਹਰ ਜਾਓਗੇ ਬਾਹਰ ਹੀ ਹੁੰਦਾ ਕਿ ਅੱਜ ਪੁਰਾਣੇ ਪੁਰਾਣੇ ਨੰਬਰ ਦਾ ਗੇਮ ਕਰਾਇਆ ਜਾਣਾ ਸਾਰੀ ਸਾਹ ਸਰਕਾਰ ਦੀ ਹਰੇਕ ਕੀਤੇ ਹੋਏ ਕਿਤਾਬਾਂ ਹੋ ਜਾਣਗੀਆਂ ਕਿ ਉਹ ਜਿਹੜਾ ਵੀ ਬੈਠਾ ਕਿਤਾਬ ਨੂੰ ਚੁੱਕਦਾ ਉਹ ਖੜੇ ਹੋ ਕੇ ਇਹ ਮੰਨਦੇ ਨੇ ਕਿ ਉਹ ਬੈਠ ਕੇ ਪ੍ਰਾਰਥਨਾ ਕਰਦੇ ਨੇ ਮੈਂ ਤਾਂ ਕਹਿੰਦੀ ਵੀ ਸਾਡਾ ਥੋੜ੍ਹਾ ਜਿਹਾ ਉਹ ਆਉਂਦਾ ਅਸੀਂ ਬੈਠ ਕੇ ਸ਼ਬਦ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਮੰਨਦੇ ਹਾਂ ਤਾਂ ਅਸੀਂ ਖੜੇ ਹੋ ਕੇ ਅਰਦਾਸ ਕਰਦੇ ਹਾਂ ਤੁਸੀਂ ਖੜੇ ਹੋ ਕੇ ਮੰਨਦੇ ਹੋ ਕਿ ਅਸੀਂ ਬੈਠ ਕੇ ਅਰਦਾਸ ਕਰਦੇ ਹਾਂ ਉਹ ਮੈਂ ਜਿਹੜੀ ਸ਼ਬਦ ਬਣਾਈ ਉਹਦੇ ਵਿੱਚ ਕੋਈ ਤਕਰੀਬਨ 200 ਸ਼ਬਦ ਗ੍ਰੰਥ ਸਾਹਿਬ ਵਿੱਚੋਂ ਵਿੱਚੋਂ ਇਕੱਠੇ ਕਰਕੇ ਜਿਹੜੀ ਮਾਂ ਉਸਨੇ ਜਦੋਂ ਪੜ੍ਹੇ ਜਾਂਦੇ ਆ ਉਹਨੂੰ ਪੰਜਾਬੀ ਦੇ ਵਿੱਚ ਸਿਰਫ ਸ਼ਬਦ ਮੀਨਿੰਗ ਨਹੀਂ ਕਿਉਂਕਿ ਮੀਨਿੰਗ ਤਾਂ ਕਿਤਾਬਾਂ ਬਹੁਤ ਮਿਲਦੀਆਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਮੇਰੀ ਬਹੁਤ ਕੀਤੀ ਹੋ ਚੁੱਕੀ ਨੇ ਤਾਂ ਕਿ ਬੱਚਿਆਂ ਨੂੰ ਫੋਰਿਕ ਢੰਗ ਦੇ ਨਾਲ ਲਿਖ ਕੇ ਜਿਵੇਂ ਉਹ ਜੇ ਵੀ ਜਾ ਜੇ ਵੀ ਜਾ ਪੜ੍ਹਿਆ ਜਾਂਦਾ ਜਾਂ ਨਹੀਂ ਪੜ੍ਹਿਆ ਜਾਂਦਾ ਜੇ ਜੂ ਵੀ ਜਾ ਜਿਵੇਂ ਕਿ ਉੱਥੇ ਪੜ੍ਹਾਈ ਜਾਂਦੀ ਫੋਰਿਕ ਢੰਗ ਦੇ ਨਾਲ ਅੰਗਰੇਜ਼ੀ ਪੜ੍ਹਨੀ ਹੈ ਨਹੀਂ ਹੈ ਪੀ ਵੀ ਪੜ੍ਹ ਪੀ ਜੂ ਇਹ ਸਾਰੀ ਉਹਨਾਂ ਦੀ ਲਿਖੀ ਬਣਾ ਕੇ ਉਹ ਹਿਸਾਬ ਦੇ ਨਾਲ ਟੈਸਟ ਕਰਕੇ ਅੰਗਰੇਜ਼ਾਂ ਦੇ ਕਾਰਨ ਕਿ ਆਪਣੇ ਬੱਚਿਆਂ ਦੇ ਉਹ ਕਿਤਾਬ ਪੜ੍ਹਾਈ ਵਿੱਚ ਕੀ ਦਿੱਤੀ ਗਈ ਹੈ ਤਾਂ ਪੜ੍ਹਨੇ ਨੇ ਉਹ ਕਿਤਾਬਾਂ ਦੀ ਕੋਈ ਤਕਰੀਬਨ 100 ਸਾਲ ਪਿੱਛੋਂ ਲੈਂਦੀ ਹਾਂ ਕਿ ਉੱਥੋਂ ਦੀ ਕੀ ਕਿਤਾਬ ਉਹ ਕਿਤਾਬ ਵਿੱਚ ਬਹੁਤ ਮਿਲੀ ਉਹ ਤੋਂ ਨੇ ਕੋਸ਼ਿਸ਼ ਕੀਤੀ ਬੜੀਆਂ ਕਿਤਾਬਾਂ ਲਿਖਾਈਆਂ ਕੋਈ 10 ਸਾਲ ਪਹਿਲਾਂ ਮੈਂ ਇਹਨਾਂ ਕੀਤਾ ਕਿ ਬੱਚੇ ਨੂੰ ਲਾਗੂ ਦੇਣ ਵਾਲੇ ਸਿੱਖਿਆ ਦੇਣ ਵਾਲੇ ਪਹਿਲੀ ਉਹਦੀ ਅਧਿਆਪਕ ਮਾਂ ਹੈ ਤੇ ਜੇਕਰ ਮਾਂ ਨੂੰ ਵੀ ਆਪਣੇ ਘਰ ਬਾਰੇ ਪਤਾ ਨਹੀਂ ਕਿ ਉਹ ਬੱਚੇ ਨੂੰ ਕੀ ਦੱਸੇ ਬੀਬੀਆਂ ਦੀ ਸੰਸਥਾ ਵਿੱਚ ਕੀਤੀ ਉਹਨਾਂ ਦੀ ਅੰਦਰਮੰਦ ਕੁਆਇਰ ਬਣਾਈ ਕੁਆਇਰ ਨੂੰ ਉੱਥੋਂ ਚੱਲੀ ਇੱਕ ਕ੍ਰਿਸਚਨ ਕੁਆਇਰ ਨੂੰ 300 ਬੰਦਾ ਇਕੱਠਾ ਨਹੀਂ ਹੋਇਆ ਸਾਰੇ ਇਕੱਠੇ ਮੌਕੇ ਨਹੀਂ ਇਕੱਠੇ ਹੋ ਉੱਥੇ ਉਹਨਾਂ ਬੀਬੀਆਂ ਦਾ 50 ਬੰਦਿਆਂ ਦਾ ਜੱਥਾ ਬਣਾਇਆ ਉਹ ਕਹਿੰਦੀ ਹੁਣ ਕਿਹਾ ਸੀ ਵੂਮਨ ਕੁਆਇਰ ਉੱਥੇ ਅਸੀਂ ਕਾਲਾ ਗਰੁੱਪਾਂ ਦੇ ਵਿੱਚ ਪ੍ਰਿੰਸ ਚਾਰ ਦੀ ਮੁਕਤੀ ਦੇ ਵਿੱਚ ਸਾਰੀ ਬੀਬੀ ਮੇਰੇ ਨਾਲ ਬੈਠੀਆਂ ਜਨਾ ਮੇਰੇ ਲਾਇਆ ਕਿ ਬੀਬੀ ਅੱਜ ਵਾਪਸ ਚਲੀ ਗਈ ਕਿਉਂਕਿ ਉਹ ਛੁੱਟੀ 2 ਹਫ਼ਤੇ ਦੀ ਗਈ ਸੀ ਉਦੋਂ ਅਸੀਂ ਟ੍ਰੈਂਡ ਕਾਫੀ ਦੇ ਜਿੰਨੇ ਵੀ ਉਤਸਵ ਸੀ ਸਾਡੇ ਗੁਰੂ ਨੇ ਕਿਉਂ ਕੀਤੇ ਦੁਆਰਾ ਗੁਰਪਾਲ ਦੇ ਗੁਰੂ ਨੇ ਕਿਹਾ ਬਹੁਤ ਨੂੰ ਕੋਈ ਚੋਣ ਨਹੀਂ ਕਿਹਾ ਸਾਡਾ ਐਂਟੀ ਇੱਥੇ ਨਾਲ ਸੀ ਇਹ ਦੌਰਾਨ ਗੁਰਗੇ ਨੌਰ ਸਾਵਰਨ ਬਣੇ ਹੋਏ ਉੱਥੋਂ ਦਾ ਦੁੱਖ ਚੱਲਿਆ ਉਹ ਤੋਂ ਬਾਅਦ ਇਹ ਸੰਸਥਾ ਬਾਕੀ ਉਹਦਾ ਨਾਂ ਰੱਖਿਆ ਬੀਬੀ ਹਰਜਨ ਦਾ ਸਾਡੇ ਇੱਥੋਂ ਨਹੀਂ ਹੋ ਗਿਆ ਮਾਮੀ ਸਾਡੇ ਕੋਲ ਆਏ ਸਨ ਅਤੇ ਇਹਨਾਂ ਨੇ ਕਿਹਾ ਤੁਸੀਂ ਇਸ ਕੁਆਇਰ ਦਾ ਨਾਮ ਹੀ ਬਣਾ ਲਿਆ ਉੱਥੋਂ ਅਸੀਂ ਉਹਦੀ ਕਿਨਾਰੇ ਵਿੱਚ ਯੂਕੇ ਬਣਾ ਸਕਦੇ ਯੂਕੇ ਦੀ ਦੱਸ ਅਸੀਂ ਕਿਨਾਰੇ ਵਿੱਚ ਅਸੀਂ ਇੱਥੋਂ ਦਾ ਨਾਮ ਤੁਹਾਡਾ ਪਿਆ ਸਿੱਖੀ ਕਿੱਦਾਂ ਮੈਂ ਕਹਿੰਦੀ ਹਾਂ
ਬੱਚਾ ਨੂੰ ਜੰਮਦਾ ਸਿੱਖ ਹੈ ਔਰ ਮੈਂ ਉਹਨਾਂ ਨੂੰ ਦੂਰ ਕਰ ਲੈਂਦਾ ਉਹ ਮੈਂ ਕਹਿੰਦੀ ਹਾਂ ਕਿ ਤੁਹਾਡੀ ਕ੍ਰਿਸਚੈਨਿਟੀ ਤੁਹਾਡੀ ਬਾਈਬਲ ਕਹਿੰਦੀ ਹੈ ਕਿ ਗੋਡ ਕ੍ਰੀਏਟਡ ਅ ਮੈਨ ਇਨ ਹੋਲੀ ਇਮੇਜ ਕਿ ਪਰਮਾਤਮਾ ਨੇ ਬੰਦੇ ਨੂੰ ਆਪਣੇ ਰੂਪ ਵਿੱਚ ਬਣਾਇਆ ਮੈਂ ਕਿ ਉਹਦਾ ਰੂਪ ਰੱਖਦੇ ਨਹੀਂ ਉਹਨੀ ਬਾਈਬਲ ਤੁਹਾਨੂੰ ਦੱਸਦੀ ਹੈ ਕਿ ਰੂਪ ਉਹਦਾ ਪਰਮਾਤਮਾ ਨੇ ਉਹਨੂੰ ਰੂਪ ਦਿੱਤਾ ਦਾੜੀ ਮੁੱਛਾਂ ਦਿੱਤੀਆਂ ਆਦਿ ਤੁਸੀਂ ਸਵਾ ਜਾਣ ਕਰ ਦਿੰਦੇ ਹੋ ਤੁਸੀਂ ਨਹੀਂ ਰੱਖਦੇ ਹੋ ਪਰ ਮੈਂ ਕਿਹਾ ਅਸੀਂ ਸਿੱਖਾਂ ਨੇ ਅਸੀਂ ਉਹ ਦੁਨੀਆਂ ਨੂੰ ਅੱਗੇ ਸਾਹਮਣੇ ਸਾਡੇ ਤੁਸੀਂ ਕਿਹਾ ਕਿ ਜੋ ਪਰਮਾਤਮਾ ਨੇ ਤੁਹਾਨੂੰ ਜਗ੍ਹਾ ਦਿੱਤੀ ਹੈ ਉਹਦੇ ਵਿੱਚ ਤੁਸੀਂ ਬਿਲਕੁਲ ਆਪਣੀ ਤਰ੍ਹਾਂ ਆਪਣੇ ਜਿਸਮ ਦੇ ਉੱਤੇ ਕਿਸੇ ਵੀ ਕੰਮ ਕਰ ਦਿੱਤੇ ਕਿ ਪਰਮਾਤਮਾ ਨੇ ਤੁਹਾਨੂੰ ਪੂਰੀ ਜੋ ਸ਼ਕਤ ਬਣਾਈ ਉਹਨੂੰ ਪੂਰੀ ਦਿੱਤੀ ਇਸ ਕਰਕੇ ਪੂਰੇ ਦਾ ਕੀ ਆ ਸਭ ਕੁਛ ਪੂਰਾ ਘਰਬਾਰ ਵਿੱਚ ਬਣਾਇਆ ਜਿੱਥੇ ਬਹੁਤੀ ਬਾਬਾ ਦੀ ਲੋੜ ਸੀ ਉੱਥੇ ਬਹੁਤੀ ਬਾਬਾ ਦੀ ਜਿੱਥੇ ਪੂਰੀਆਂ ਦੀ ਲੋੜ ਸੀ ਉੱਥੇ ਥੋੜੀ ਸੋ ਇਸ ਕਰਕੇ ਅਸੀਂ ਪਰਮਾਤਮਾ ਨੂੰ ਮੰਨਦੇ ਹੋਵੇ ਕਿ ਮੈਂ ਕਿ ਜਿਹੜਾ ਬੱਚਾ ਵੀ ਪੈਦਾ ਹੁੰਦਾ ਚਾਹੇ ਕਾਲਾ ਚਾਹੇ ਭੂਰਾ ਚਾਹੇ ਉਹ ਚਿੱਟਾ ਉਹਦੀ ਅਗਰ ਵਾਲ ਨਾ ਕੱਟੇ ਨਾ ਕਿ ਜਦੋਂ ਮੁੰਡਾ ਹੋਏਗਾ ਉਹ ਸਾਡੇ ਮਨ ਵੀ ਸਿੱਖ ਦੇ ਰੂਪ ਦੇ ਵਿੱਚ ਹੀ ਨਜ਼ਰ ਆਏਗਾ ਬੱਚਾ ਹੋਏ ਨਾ ਬੱਚਾ ਉਹਦੀ ਦਾੜੀ ਆਏਗੀ ਉਹਦੀ ਕਿਹੜੀ ਲੰਮੀ ਹੋਊਗੀ ਵੱਡੇ ਵੱਡੇ ਜੀਆਂ ਹੋਈਆਂ ਦੇ ਸਾਰੀ ਮਨੁੱਖਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਉਹ ਲੰਮੇ ਕੇਸ ਤੇ ਮੈਂ ਕਿਹਾ ਜੇ ਬੀਬੀਆਂ ਹੋਣਗੀਆਂ ਵੀ ਉਹ ਵੀ ਭਾਵਨਾ ਬਣਾਉਣਗੇ ਉਹਨਾਂ ਦੀ ਵੀ ਲੰਮੇ ਮਾਰੋਗੇ ਜਾਂ ਰੋਸ਼ ਕਰਨਗੇ ਤੇ ਗਾਇਬ ਹੋਊਗਾ ਆਪਣਾ ਕੇਸ ਸੋ ਕਿ ਅਸਾਂ ਮੈਂ ਕਹਿੰਦੀ ਕਿ ਤੂੰ ਨਾਨਕ ਦਾ ਤਾਂ ਸਾਂਝੀ ਗੱਲ ਕਰ ਸਕਦਾ ਇਸ ਵਾਰ ਵੀ ਦੇਖੋ ਜਿਹੜੇ ਮੈਂ ਸਟੇਮ ਬਣਾਉਂਦੇ ਆ ਉਹ ਵੀ ਬਹੁਤ ਕੰਮ ਕਰੀ ਦੇ ਵੀ ਇਹ ਬੀਬੀਆਂ ਦਾ ਜੱਥਾ ਸੀ ਪਹਿਲੀ ਵਾਰੀ 10 ਸਾਲਾਂ ਦੇ ਵਿੱਚ ਬਹੁਤ ਸੋਹਣੇ ਪਿਛਲੇ ਸਾਲ ਕੀ ਦਾ ਅਵਾਰਡ ਮਿਲਿਆ ਮਗਰ ਤੁਸੀਂ ਬੰਦ ਕਰਕੇ 2006 ਦੇ ਵਿੱਚ ਗਏ ਅਸੀਂ ਸਾਰਿਆਂ ਨੂੰ ਸਾਂਝੀ ਗੱਲ ਦਾ ਉਪਦੇਸ਼ ਦਿੰਦੇ ਹਾਂ ਸਾਡਾ ਸੈਂਟਰ ਸੀ ਬਣਾਇਆ ਉੱਥੇ ਨੌ ਮੰਡੀ ਵਿੱਚ ਕੋਈ ਤਕਰੀਬਨ 20 ਸਾਲ ਹੁੰਦੇ ਨਹੀਂ ਕੋਈ ਜਗ੍ਹਾ ਨਹੀਂ ਸੀ ਉੱਥੇ ਜਾਣ ਲਈ ਜਿਹਦੇ ਵਿੱਚੋਂ 5 ਘਰਾਂ ਦੀ ਹੋਣਗੇ ਬਾਕੀ 15 ਸਾਲ ਸਾਰੇ ਦੇਸ਼ ਵਿੱਚ ਮੁਸਲਮਾਨ ਦੀ ਸਭ ਮਿਲਾ ਕੇ ਕੋਈ ਜਗ੍ਹਾ ਨਹੀਂ ਜਿੱਥੋਂ ਜਾ ਕੇ ਉਹ ਆਸ਼ੀ ਮਿਲ ਜਾ ਸਕਣ ਜੇ ਉਹਨਾਂ ਨੂੰ ਦਿਲ ਦੇ ਵਿੱਚ ਜੇ ਜਾਣਾ ਹੋਵੇ ਤਾਂ ਆਪ ਵੀ ਖੁਸ਼ ਆ ਕਰਨਾ ਅਸੀਂ ਉੱਥੇ ਕੋਈ ਤਕਰੀਬਨ 2 ਸਾਲ ਪਹਿਲਾਂ ਘਰ ਦਾ ਹੋ ਗਏ ਜਗ੍ਹਾ ਲੈ ਕੇ ਬਹੁਤ ਬੰਦਾ ਲੈ ਕੇ ਉਹਦਾ ਅਸੀਂ ਸੈਂਟਰ ਬਣਾਇਆ ਉਹਨਾਂ ਨੇ ਨਾਂ ਰੱਖਿਆ ਨੌ ਸਮਾਜ ਦਾ ਸੈਂਟਰ ਨਾ ਉਹਦਾ ਸਿੱਖ ਲਾਇਆ ਨਾ ਉਹਦਾ ਏਸ਼ਨ ਲਾਇਆ ਕਿ ਸਾਰੇ ਨੂੰ ਬਦਲ ਕਰਦਾ ਹਰ ਉਹ ਸੈਂਟਰ ਦੇ ਵਿੱਚ 50% ਹੋ ਰਹੇ ਆਉਂਦੇ ਨੇ 21% ਕਾਲੇ 22% ਏਸ਼ੀਅਨ ਤੇ 7% ਬਾਕੀ ਦਾ ਹੁੰਦੇ ਹੋਰ ਵੀ ਜਿਹੜੇ ਕੋਈ ਟਰਕਿਸ਼ ਜਾਂ ਹੋਰ ਜਾਂ ਉਹ ਆ ਜਾਂਦੇ ਨੇ ਸੋ ਇਸੇ ਇਹ ਕੰਮ ਕਰਦੀਆਂ ਪਿਛਲੇ 10 ਸਾਲ ਗੁਜ਼ਰ ਗਏ ਜਦੋਂ ਕੀ ਕੰਮ ਕਰਦੇ ਆ ਇਹ ਬਿੰਦੀਆਂ ਦਾਤਾ ਉਹ ਮੇਰੇ ਨਾਲ ਇਹਨਾਂ ਨੂੰ ਚੇਂਜ ਕੀਤਾ ਕਿ ਕੀਰਤਨ ਕਰਨ ਵਾਸਤੇ ਕੀਰਤਨ ਦੀ ਦਾਤ ਉਹਨੇ ਬਖਸ਼ਿਸ਼ ਮੈਨੂੰ ਬਚਪਨ ਤੋਂ ਕੀਤੀ ਸੀ ਬਾਬਾ ਜੀ ਨੇ ਐਡ ਮਾਸਟਰ ਹੁੰਦਿਆਂ ਹੋਇਆਂ ਵੀ ਸੰਗਤ ਸਿੰਘ ਦੀ ਮਤੋਂ ਆਇਆ ਵਾਲਿਆਂ ਨਾਲ ਸੰਗਤ ਕੀਤੀ ਜੋ ਉਹਨਾਂ ਦਾਤ ਕੀਰਤਨ ਕਰਦੇ ਸਨ ਉਹਨਾਂ ਦੀ ਅਸੀਸ ਤੇ ਹਰੇ ਦੇ ਤੇਰੇ ਘਰ ਦੇ ਵਿੱਚੋਂ ਕੀਰਤਨ ਦੀ ਦਾਤ ਕਦੇ ਖਤਮ ਨਹੀਂ ਹੋਈ ਤੇ ਗੁਰਮਾਨ ਸੋਹੀ ਚਾਹੇਗੀ ਉਹ ਦਾਤ ਮੇਰੀ ਚੋਰੀ ਚ ਗੁਰਦੀ ਪਾਈ ਹੋਈ ਉਹ ਮੈਂ ਅੱਗੇ ਬੱਚਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਦੀ ਹਾਂ ਮਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਬੱਚਿਆਂ ਨੂੰ ਮਾਂ ਸਿੱਖੀ ਨੂੰ ਸਮਝ ਕੇ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਜੋੜ ਸਕਣ ਤੇ ਅਸੀਂ ਆਏ ਸੀ ਕਿ ਅਸੀਂ ਵਰਡ ਕੋਈ ਸਭ ਬਹੁਤ ਸੱਦੇ ਹੁੰਦੇ ਰਹਿੰਦੇ ਨੇ ਰਸਤੇ ਵਿੱਚ ਸਭ ਗੈਰੀਆਂ ਦਾ ਸੱਦਾ ਆਇਆ ਸੀ ਨਵੰਬਰ ਅਸੀਂ ਆਰਡਰ ਕਰਾਇਆ ਪਰ ਮੈਂ ਚਾਹੁੰਦੀ ਸੀ ਕਿ ਮੈਂ ਪਹਿਲਾਂ ਕਿਹਦਾ ਕਿਤੋਂ ਸੁਣਿਆ ਸੀ ਕਿ ਰਾਤ ਦੇ ਬਾਅਦ ਹੁੰਦਾ ਨਵੰਬਰ ਸਿੱਧੇ ਵੀ ਕੁਝ ਵੀ ਕਿ ਮੈਂ ਉੱਥੇ ਜਾ ਕੇ ਨਾ ਹੋਵੇ ਤਾਂ ਦਿੰਦੇ ਤੇ ਉੱਥੇ ਦੋ ਸਟੇਜਾਂ ਲੱਗਦੀਆਂ ਨੇ ਤੇ ਇੱਕ ਸਟੇਜ ਤੋਂ ਉੱਤੇ ਜਿਵੇਂ ਦੂਜੀ ਸਟੇਜ ਦੇ ਉੱਪਰ ਸ਼ੁਰੂ ਹੋ ਜਾਂਦਾ ਹੈ ਉਹ ਮਨ ਇੱਛਾ ਦੇ ਦਰਸ਼ਨ ਕਰਨ ਦੀ ਗੁਰੂ ਸਾਹਿਬ ਨੇ ਐਸਾ ਸਵਾਗ ਬਣਾਇਆ ਕਿ ਉੱਥੇ ਹਾਲ ਦੇ ਲੋਕ ਦੇ ਵੀ ਸਭ ਤੋਂ ਆਪੇ ਸਮਾਂ ਮਿਲ ਗਿਆ ਰਾਗ ਮੰਦਰ ਦੇ ਵਿੱਚ ਇਹ ਵੀ ਸ਼ਬਦ ਧੰਨ ਧੰਨ ਰਾਮਦਾਸ ਆ ਕੇ ਅਸੀਂ ਉੱਥੇ ਪੇਸ਼ ਕੀਤਾ ਸੀ ਆਓ ਹੁਣ ਅਗਲਾ ਚਰਨ ਗੁਰੂ ਰਾਮਦਾਸ ਦਾ ਸ਼ੁਰੂ ਕਰਦੇ ਹਾਂ ਨਾਮ ਕੀ ਬਟਾਈ ਗਈ ਗੁਰੂ ਰਾਮਦਾਸ